ਲੋਹੜੀ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਵੇ ਜਿਨ੍ਹਾਂ ਦੇ ਘਰ ਨਵਾਂ ਨਵਾਂ ਨਿਆਣੇ ਦੀ ਲੋਹੜੀ ਹੈ। ਬਹੁਤ ਬਹੁਤ ਖੁਸ਼ੀਆਂ ਉਹਨਾਂ ਦੇ ਘਰ ਨੂੰ। ਸਾਡੇ ਤਾਂ ਪਤਾ ਨਹੀਂ ਕਦ ਵਿਆਹ ਹੋਣੇ ਆ, ਕਦ ਨਿਆਣੇ ਹੋਣੇ ਆ, ਕਦ ਅਸੀਂ ਉਹਨਾਂ ਦੀਆਂ ਲੋਹੜੀਆਂ ਮਨਾਵਾਂਗੇ। ਲੋਹੜੀ ਮਨਾਉਂਗਾ, ਸਭ ਤੋਂ ਉੱਚੀ ਲੋਹੜੀ ਬਣਾਉਣੀ ਆ ਮੈਂ। ਜੋ ਜੋ ਮੇਰੀ ਅੱਖਾਂ ਦੇ ਮੋਹਰੇ ਆ ਮੈਂ ਸਾਰਾ ਕੁਝ ਸਾੜ ਦੇਣਾ ਤੇ ਮੇਰਾ ਸਾਥ ਦਊਗਾ ਜੈਕੀ। ਲਾ 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 ਚਲੋ ਦੇਖੀਏ ਅਸੀਂ ਕੀ ਕੀ ਸਾੜਨਾ ਆ। ਕੰਮ ਦੀਆਂ ਚੀਜ਼ਾਂ ਜਿੰਨੀਆਂ ਦਿਖੀਆਂ ਉਹ ਅਸੀਂ ਸਾਈਡ ਤੇ ਰੱਖ ਦੇਣੀਆਂ ਆ ਸਾੜਨ ਦੇ ਲਈ। ਇਸ ਖੂਫੀਆ ਕਮਰੇ ਦੇ ਵਿੱਚ ਇੱਥੇ ਅਸੀਂ ਮੈਂ ਜਦੋਂ ਵੀ ਇੱਥੇ ਲੱਕੜਾਂ ਨੂੰ ਹੱਥ ਲਾਉਂਦਾ ਹੈ ਮੇਰਾ ਡੈਡੀ ਨਾਲ। ਉਹ ਮਹਿੰਗੀ ਲੱਕੜ ਆ, ਕੰਮ ਆ ਜਾਣੀ ਹੈ ਕਿਸੇ ਦਿਨ। ਪਤਾ ਨਹੀਂ ਮੈਂ 20 ਸਾਲ ਹੋ ਗਿਆ ਸੁਣਦੇ ਇਹ ਲੱਕੜ ਕਦੇ ਕੰਮ ਨਹੀਂ ਆਈ, ਪਰ ਹੁਣ ਕੰਮ ਆਊਗੀ। ਇਹਨੂੰ ਅਸੀਂ ਬਚਾ ਲੈਣਾ ਅਗਲੇ ਦੁਸ਼ਹਿਰੇ ਦੇ ਲਈ। ਇਹ ਮੇਰਾ ਅਗਲੇ ਦੁਸ਼ਹਿਰੇ ਰਾਵਣ ਦਾ ਢਿੱਡ ਬਣੂਗਾ। ਜੋ ਦੀ ਇੱਕ ਆ ਮੈਨੂੰ ਲੱਕੜ ਕੁਛ ਠੀਕ ਲੱਗ ਰਹੀ ਆ, ਪਰ ਇਹ ਵੱਡੀ ਬਹੁਤ ਲੱਗਦਾ, ਰਿਕਸ਼ਾ ਲੈ ਕੇ ਆਉਣਾ ਪੈਣਾ ਆ। ਬੇਬੀ ਹਾਏ, ਰਿਕਸ਼ਾ ਹੀ ਨਹੀਂ ਦੀਦਾ ਪਿਆ ਮੈਨੂੰ ਕਿਤੇ। ਰਿਕਸ਼ਾ ਲੈ ਗਿਆ ਸਾਡਾ ਕਿ ਪਹਿਲਾਂ ਅਸੀਂ ਜਗ੍ਹਾ ਦੇਖ ਲਈ ਜਿੱਥੇ ਅਸੀਂ ਸਾਰਾ ਕੁਝ ਬਾਲਣਾ ਆ। ਇਹਦੇ ਵਿੱਚ ਅਸੀਂ ਲੱਕੜ ਬਾਲਣੀ ਹੈ, ਇਹਨੂੰ ਅਸੀਂ ਇੱਦਾਂ ਪੂਰਾ ਲੰਬਾ ਸਾਰਾ ਬਣਾਉਣਾ ਆ, ਇੱਦਾਂ ਇੱਥੋਂ ਦੀ ਇੱਦਾਂ ਤੇ ਇੱਦਾਂ। ਇਹ ਗੱਤੇ ਅਸੀਂ ਨੀਚੇ ਰੱਖ ਦੇਣੇ ਤੇ ਉੱਪਰ ਰੱਖ ਦੇਣੀ ਆ ਵੁੱਡ। ਮਾਲਦੀਵਜ਼ ਇੰਡੀਆ ਦਾ ਰੌਲਾ ਚੱਲਦਾ ਪਿਆ, ਮੈਨੂੰ ਬਹੁਤ ਖੁਸ਼ੀ ਹੈ ਇਸ ਰੌਲੇ ਦੀ। ਕਿਉਂਕਿ ਪਹਿਲਾਂ ਜਦ ਕੋਈ ਵੀ ਮੈਨੂੰ ਕਹਿੰਦਾ ਹੁੰਦਾ ਸੀ ਆ ਮਾਲਦੀਵਜ਼ ਜਾਣਾ ਹੈ, ਮੈਂ ਹਮੇਸ਼ਾ ਕਹਿੰਦਾ ਹੁੰਦਾ ਸੀਗਾ ਪੈਸੇ ਨਹੀਂ ਹੈਗੇ, ਕਿੱਦਾਂ ਗਰੀਬੀ ਆ। ਐਟਲੀਸਟ ਹੁਣ ਇੱਦਾਂ ਦਾ ਕੁਛ ਕਹਿਣ ਦੀ ਲੋੜ ਨਹੀਂ। ਹੁਣ ਜਿਹਦਾ ਵੀ ਮੈਨੂੰ ਕਹੂਗਾ ਮਾਲਦੀਵਜ਼ ਜਾਣਾ ਹੈ, ਅਸੀਂ ਕਹਿੰਦੇ ਅਸੀਂ ਤਾਂ ਇੰਡੀਆ ਦੇ ਆਈਲੈਂਡ ਘੁੰਮਣੇ ਆ, ਮਾਲਦੀਵ ਮੂਲਦੀਵ ਨਹੀਂ ਘੁੰਮਣਾ। ਆਪਣੇ ਗਰੀਬੀ ਦਾ ਹੁਣ ਰੌਲਾ ਪਾਉਣ ਦੀ ਕਿਸੇ ਨੂੰ ਲੋੜ ਨਹੀਂ ਹੈਗੀ, ਸਾਡੇ ਕੋਲ ਇੱਕ ਵਧੀਆ ਬਹਾਨਾ ਮਿਲੇ। ਆ ਲੋਹੜੀ ਬਾਲਣੀ ਸਿਖਾਉਣੀ, ਕਿਉਂਕਿ ਤੁਹਾਨੂੰ ਕੁਛ ਨਹੀਂ ਆਉਂਦਾ, ਤੁਹਾਨੂੰ ਤਾਂ ਸਿਰਫ ਵਧੀਆ ਬੈਂਡ ਲੈ ਕੇ, ਵਧੀਆ ਪੜ੍ਹਾਈਆਂ ਕਰਕੇ, ਵਧੀਆ ਜੌਬਾਂ, ਵਧੀਆ ਤਰੀਕੇ ਦੇ ਵਿਆਹ, ਤੁਸੀਂ ਤਾਂ ਲਾਈਫ ਸੈੱਟ ਕਰਨੀ ਜਾਣਦੇ ਆ। ਸਾਡੇ ਵਰਗੇ ਇੱਦਾਂ ਦੇ ਫਜ਼ੂਲ ਦੇ ਕੰਮ ਨਹੀਂ ਤੁਹਾਨੂੰ ਆਉਂਦੇ, ਉਹ ਅਸੀਂ ਤੁਹਾਨੂੰ ਅਸੀਂ ਸਿਖਾਵਾਂਗੇ। ਸਭ ਤੋਂ ਜ਼ਰੂਰੀ ਜਿਹੜਾ ਇਹ 'ਚ ਕੰਮ ਹੁੰਦਾ ਆ, ਜਿਸ ਅਕਸਰ ਲੋਕ ਗਲਤੀ ਕਰਦੇ ਆ, ਐਂ ਲੋਹੜੀ ਬਾਲੀ ਜਾਊਗੀ ਬਸ ਲੋਹੜੀ ਨਹੀਂ ਬਾਲਦੀ ਉਹਨਾਂ ਦੀ, ਉਹ ਇਹ ਹੁੰਦਾ ਆ ਕਿ ਇਹ ਪਹਿਲਾਂ ਨੀਚੇ ਗੱਤਾ ਨਹੀਂ ਰੱਖਦੇ ਜਾਂ ਅਖਬਾਰਾਂ ਨਹੀਂ ਰੱਖਦੇ। ਸੋ ਸਭ ਤੋਂ ਪਹਿਲਾਂ ਘਰ 'ਚ ਤੁਹਾਡੇ ਜਿੰਨੇ ਗੱਤੇ ਆ ਸਾਂਭ ਸਾਂਭ ਤੁਸੀਂ ਰੱਖੇ ਹੋਏ, ਜੁੱਤਾਂ ਦੇ, ਜੁੱਤਿਆਂ ਦੇ ਡੱਬੇ, ਫੋਨਾਂ ਦੇ ਡੱਬੇ, ਸਾਰੇ ਇੱਦਾਂ ਇੱਦਾਂ ਅਸੀਂ ਫਾੜ ਦੇਣੇ ਆ। ਫਾੜਨ ਦੀ ਵੀ ਇੱਕ ਟੈਕਨੀਕ ਆ, ਫਾੜਨਾ ਵੀ ਕਿਸੇ ਕਿਸੇ ਨੂੰ ਹੀ ਆਉਂਦਾ ਆ, ਅਸੀਂ ਤੁਹਾਨੂੰ ਫਾੜਨਾ ਸਿਖਾਵਾਂਗੇ ਇੱਦਾਂ ਇੱਦਾਂ ਫਾੜ ਦੇਣਾ ਆ। ਦੇਖੋ ਵੈਰੀ ਗੁੱਡ, ਆਈ ਐਮ ਡੂਇੰਗ ਇੰਪ੍ਰੈਸਿਵ ਜੌਬ। ਆ ਟੇਬਲ ਵੀ ਮੈਂ ਤਾਂ ਕਹਿੰਦਾ ਫੂਕ ਦਿੰਦੇ ਆ, ਮੈਨੂੰ 47 ਦਾ ਟੇਬਲ ਲੱਗਦਾ ਪਿਆ ਆ। ਇਹ ਮੈਂ ਜੇ ਨਾ ਫੂਕਿਆ ਤਾਂ ਮੈਨੂੰ ਲੱਗਦਾ ਮੇਰੀ ਆਉਣ ਵਾਲੀ ਜਨਰੇਸ਼ਨ ਦੇ ਨਿਆਣਿਆਂ ਨੇ ਵੀ ਆ ਦੇਖ ਲੈਣਾ, ਕਿਤੇ ਨਹੀਂ ਜਾਣਾ। ਮੇਰੇ ਘਰ ਦੇ ਕੋਈ ਵੀ ਚੀਜ਼ ਘਰੋਂ ਕੱਢ ਕੇ ਰਾਜ਼ੀ ਨਹੀਂ ਹੈਗੇ, ਪਤਾ ਨਹੀਂ ਕਦਾ ਪਿਆ ਆ ਕਿ ਰਹਿਣ ਦੀ ਐਂਟੀਕ ਪੀਸ ਆ, ਸ਼ਾਇਦ ਬਾਅਦ 'ਚ ਕਰੋੜਾਂ ਦਾ ਵਿਕੇ ਜਾਵੇ, ਲੱਗਦਾ ਨਹੀਂ ਵਿਕੂਗਾ। ਵਾਓ, ਇਹ ਲੱਕੜ ਕਾ ਮੁਝੇ ਬਹੁਤ ਜ਼ਬਰਦਸਤ ਚੀਜ਼ ਲੱਗੀ ਹੋਈ ਹੈ, ਇਸੇ ਹਮ ਲੋਹੜੀ ਮੇਂ ਬਾਲ ਲੇਂਗੇ। ਇਹ ਮੁਝੇ ਅੱਛਾ ਲੱਗ ਰਿਹਾ ਹੈ, ਇਹ ਮੇਰੇ ਹੱਥ ਲੱਗ ਗਿਆ ਹੈ, ਮੇਰੇ ਹੱਥ ਜੋ ਜੋ ਅੱਜ ਲੱਗ ਗਿਆ ਸਮਝੋ ਸੜ ਗਿਆ। ਇੱਥੇ ਮੈਂ ਲੋਹੜੀ ਬਾਲਣੀ ਆ, ਇਹਦੇ ਬਿਲਕੁਲ ਉੱਪਰ ਅੰਬ ਦਾ ਪੇੜ ਆ, ਆਹ ਦੇਖੋ। ਐਂਡ ਮੈਂ ਨਹੀਂ ਚਾਹੁੰਦਾ ਇਹ ਅੰਬ ਦੇ ਪੇੜ ਦੇ ਬੰਬ ਨਿਕਲ ਜਾਣ, ਅਸੀਂ ਇਸ ਕਰਕੇ ਇਸ ਲੋਹੜੀ ਨੂੰ ਇੱਥੋਂ ਦੀ ਚੱਕ ਕੇ ਇੱਥੇ ਕਰ ਦੇਣਾ। ਇੱਥੇ ਥੋੜ੍ਹੀ ਇੱਕ ਤਾਂ ਖਾਲੀ ਜਗ੍ਹਾ ਹੈ ਅਤੇ ਉੱਪਰ ਥੋੜ੍ਹਾ ਆਕਾਸ਼ ਦੀਦਾ ਪਿਆ ਆ ਸਾਨੂੰ। ਆਪਾਂ ਸਾਰਾ ਕੁਛ ਇਹਦੇ ਵਿੱਚ ਸੁੱਟੀ ਜਾਣਾ ਆ, ਇੱਕ ਤਾਂ ਨਾਲ ਨਾਲ ਘਰ ਦੀ ਸਫਾਈ ਹੋ ਜਾਣੀ ਹੈ ਅਤੇ ਦੂਜਾ ਸਾਡੀ ਲੋਹੜੀ ਵਧੀਆ ਬਲ ਜਾਣੀ ਹੈ। ਉੱਪਰ ਤਾਰ ਜੀ ਹੈ, ਇਹਦਾ ਕੋਈ ਪੰਗਾ ਤਾਂ ਨਾ ਪੈ ਜੂ ਨੀਚੇ। ਚੱਲ ਜੇ ਕਰੰਟ ਕਰੰਟ ਲੈ ਕੇ ਮਾਰ ਗਏ ਤਾਂ ਪਤਾ ਲੱਗ ਜੂਗਾ। ਜੈਕੀ ਫਿਰ ਤਾਂ ਮੇਰੀ ਟੀਮ 'ਚ ਆ ਗਿਆ ਹੈ, ਇਹਨੂੰ ਪਤਾ ਲੱਕੜਾਂ ਕਿੱਥੇ, ਆਪ ਹੀ ਮੈਨੂੰ ਕਮਰੇ 'ਚ ਲੈ ਤੇ ਦੂਜੇ ਪਾਸੇ ਚੱਲਣਾ, ਇਹਨੂੰ ਕੁਛ ਨਹੀਂ ਪਤਾ। ਲੱਕੜ ਪੂਰੀ ਤਿਆਰ ਆ, ਦੇਖੋ ਇਹ ਜਦੋਂ ਚੱਲਣੀ ਹੈ ਇਹਦੀ ਅੱਗ ਬਹੁਤ ਉੱਪਰ ਚੱਲ ਜਾਣੀ, ਜਿੰਨਾ ਉੱਚਾ ਸੀਜ਼ਨ ਟਾਵਰ ਆ। ਹੁਣ ਅਸੀਂ ਇਹਦੇ ਆਲੇ ਦੁਆਲੇ ਕੁਰਸੀਆਂ ਲਗਾਉਣੀਆਂ ਆ ਤਾਂ ਕਿ ਕੋਈ ਵੀ ਇਹਦੇ ਉੱਪਰ ਆ ਕੇ ਨਾ ਬਹਿ ਜਾਵੇ, ਉਹਨੂੰ ਪਤਾ ਹੋਵੇ ਕੁਰਸੀਆਂ 'ਤੇ ਬਹਿਣਾ ਹੈ। ਆਹ ਸਾਡੀ ਪਹਿਲੀ ਕੁਰਸੀ ਹੈ, ਇਹ ਬਹੁਤ ਵਧੀਆ ਕੁਰਸੀ ਹੈ। ਇਹ ਜਿਨ੍ਹਾਂ ਲੋਕਾਂ ਦੀ ਪਿੱਠ ਨਹੀਂ ਹੈਗੀ ਆ, ਬੈਕਲੈਸ ਆ ਜਿਹਦੇ ਲੋਕ, ਉਹਨਾਂ ਨੂੰ ਅਸੀਂ ਇਸ ਕੁਰਸੀ 'ਤੇ ਬਿਠਾ ਦੇਣਾ ਹੈ। ਇਹਨੂੰ ਪਹਿਲਾਂ ਰੱਖੋ। ਵਾਓ, ਲੁਕਿੰਗ ਲਾਈਕ ਅ ਕਲਾਸੀ 5-star ਲੋਹੜੀ। ਸਾਡਾ ਲੋਹੜੀ ਦਾ ਸਾਰਾ ਕੀ ਕਹਿੰਦੇ ਆ ਸੈਟਅਪ ਤਿਆਰ ਆ, ਅਸੀਂ ਮੰਜਾ ਵੀ ਲਾ ਦਿੱਤਾ ਆ। ਆਹ ਮੈਨੂੰ ਲੱਗਦਾ ਇਹ ਕੁਰਸੀ ਰਹਿਣ ਹੀ ਦਿੰਦੇ ਆ, ਬਿਨਾਂ ਪਿੱਠ ਵਾਲੇ ਮੈਂ ਕਿਸੇ ਬੰਦੇ ਨੂੰ ਜਾਣਦਾ ਤਾਂ ਹੈਗਾ ਨਹੀਂ। ਮਾਂ, ਅੱਜ ਅਸੀਂ ਲੋਹੜੀ ਬਣਾਉਣੀ ਆ ਅਤੇ ਤੂੰ ਰਾਤ ਨੂੰ ਕੁਛ ਬਣਾਈ ਨਾ, ਤੇਲੀ ਪੀਜ਼ਾ ਆਰਡਰ ਕਰ ਦੇਣਾ, ਅਸੀਂ ਮੱਛੀ ਖਾਣੀ ਆ। ਮੈਂ ਅੱਜ ਬਣਾਈ ਆਪਣੀ ਪਸੰਦ ਦੀ ਚੀਜ਼। ਕੀ? ਕੜੀ? ਯਾਰ ਕਿਉਂ ਬਣਾਈ? ਉਹ ਸ਼ਾਮ ਨੂੰ ਮਿਲਣੀ ਆ ਤਾਂ ਅੱਜ ਡਾਕਟਰ ਤੇ ਜਾਣਾ। ਕਿਉਂ? ਪਰਚੀ ਨਹੀਂ ਬਣਾਈ ਉੱਥੇ ਕਮੀਨੇ। ਕਾਦੀ ਪਰਚੀ? ਸਕਿਨ ਡਾਕਟਰ ਦੀ। ਬਾਲਾਂ ਦੀ? ਹਾਂ, ਮੇਰੇ ਬਾਲ ਨਹੀਂ ਆਣੇ, ਉਹਨੇ ਸਰਜਰੀ ਕਰਾਣੀ ਪੈਣੀ ਆ। ਅੱਛਾ, ਤੂੰ ਲਾਂਦਾ ਨਹੀਂ ਉਹ ਦਵਾਈ? ਖਾਂਦਾ ਨਹੀਂ ਲਾਂਦਾ, ਮੈਨੂੰ ਲੱਗਦਾ ਤਾਂ ਵੀ ਕੁਛ ਨਹੀਂ ਹੋਣਾ। ਓਹੋ, ਜੋ 3 ਮਹੀਨੇ ਦਾ ਕੋਰਸ ਆ ਇਹ ਤਾਂ ਹੋ ਜਾਂਦਾ ਆ। ਥੋੜੀ ਤਾਂ ਰਾਤ ਨੂੰ ਹੋਣੀ ਆ, ਅਸੀਂ ਸ਼ਾਮ ਦੀ ਚਾਹ ਪੀਏ, ਕਿਉਂਕਿ ਚਾਹ ਬਿਨਾਂ ਸਾਡਾ ਸਿਸਟਮ ਨਹੀਂ ਚੱਲਦਾ। ਕੌਫੀ ਰੈਡੀ ਆ ਸਾਡੀ।
ਕੌਣ ਨੁਕਸਾਨ ਕਰਦਾ? ਜਿਹੜਾ ਹੈਗਾ ਛੋਟਾ ਕੀ ਨੁਕਸ ਲੋਹੜੀ ਬਲਣ ਲੱਗੀ ਆ, ਸਾਰੇ ਦੇਖ ਸਕਦੇ ਆ। ਉਂਗਲੀ ਸੜ ਗਈ ਮੇਰੀ, ਉਂਗਲੀ ਸੜ ਗਈ ਮੇਰੀ। ਦੇਖੀ ਕਿਸੇ ਨੂੰ ਕੋਈ ਐਕਸਾਈਟਮੈਂਟ ਨਹੀਂ ਹੈਗਾ। ਮੈਂ ਇਕੱਲਾ ਲੱਕੜਾ ਇਕੱਠਾ ਕਰਦਾ, ਜੋਮੈਟੋ ਤੋਂ ਇਹਨਾਂ ਦੀ ਫੂਡ ਆਰਡਰ ਕੀਤਾ ਆ, ਕੋਈ ਨਹੀਂ ਆ ਰਿਹਾ, ਕੋਈ ਨਹੀਂ ਆ ਰਿਹਾ। ਬਸ ਇਹਨਾਂ ਨੂੰ ਜੋ ਠੰਡ ਲੱਗਣੀ, ਇਹਨਾਂ ਦੇ ਸੇਕਣ ਆ ਜਾਣਾ। ਇਹਨਾਂ ਨੂੰ ਮੇਰੀ ਤਿਆਰੀ ਦੇ ਨਾਲ ਕੁਛ ਨਹੀਂ ਹੈਗਾ, ਇਸ ਦੁਨੀਆਂ 'ਚ ਕੋਈ ਕਿਸੇ ਦਾ ਸਖਾ ਨਹੀਂ ਹੈ। ਕੀ ਲੱਗਦਾ ਹੈ, ਲੱਗ ਜੂਗੀ ਅੱਗ? ਡੋਮੀਨੋਸ ਪੀਜ਼ੇ ਵਾਲੇ ਤਾਂ ਮੈਂ ਪਲੇਟਾਂ ਬਾਹਰ ਰੱਖ ਲਓ, ਜੋਮੈਟੋ ਵਾਲਾ ਆ ਗਿਆ ਆ। ਲੋਹੜੀ ਨੂੰ ਅੱਗ ਪੂਰੀ ਲੱਗ ਚੁੱਕੀ ਆ। ਤੇ ਹੁਣ ਅਸੀਂ ਵੇਟ ਕਰ ਰਹੇ ਹਾਂ ਜੋਮੈਟੋ ਵਾਲੇ ਦਾ। ਕਿਆ ਆਪ ਵੀ ਜੋਮੈਟੋ ਕਾ ਵੇਟ ਕਰ ਰਹੀ ਹੈ ਮਿਸ ਸੈਂਡੀ? ਜੋਮੈਟੋ ਦਾ ਆਰਡਰ ਆ ਗਿਆ। ਹਾਂ ਹਾਂ, ਹਾਂਜੀ, ਹਾਂ ਬੋਲ। ਆ ਤਾਂ ਬਹੁਤ ਜ਼ਰੂਰੀ ਸਮਾਨ ਸੀਗਾ। ਅਸੀਂ ਤਾਂ ਕਰ ਲਿਆ ਜੀ, ਦੋ ਮਿੰਟ ਲੈਣ। ਠੀਕ ਹੈ ਭਾਈ, ਥੈਂਕ ਯੂ, ਥੈਂਕ ਯੂ ਭਾਈ। ਹਾਂ ਤੂੰ ਤਾਂ ਮੇਰਾ ਵਿੱਚ ਪਾ ਦਿੱਤਾ ਹਰ ਲੱਕੜਾ। ਦੇਖੀ ਕਿੰਨੀ ਸੋਹਣੀ ਸਜਾਈ ਸੀ, ਇਹ ਤੇ ਮੈਂ ਲਾਲਟਨ ਟੰਗਣੀ ਸੀਗੀ। ਮਿਲਦੇ ਥੋੜਾ ਨਾ ਹੁੰਦੇ ਏਦਾਂ ਦੇ ਝੁੰਡ ਜੇ, ਹੁਣ ਨੀ ਮਿਲਦੇ।